ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬਈ ਅੱਜ ਵਿਆਹ ਨੂੰ ਚੱਲੇ ਆ, ਨਿੰਮੇ ਦੇ ਖਾਸ ਜਿਹੜੇ ਫੈਨ ਉਹਨਾਂ ਨੇ ਬੁਲਾਇਆ ਹੋਇਆ, ਠੀਕ ਹੈ। ਅਤੇ ਅੱਜ ਦੋ ਵਿਆਹ ਹੈ, ਦੇਖਦੇ ਸ਼ਾਇਦ ਇੱਕ ਵੀਡੀਓ 'ਚ ਕਵਰ ਹੋ ਜਾਵੇ ਜਾਂ ਦੋ ਵੀਡੀਓ 'ਚ ਬਣਾਉਂਗੇ, ਇੱਕ ਵੀਡੀਓ ਜਾਂ ਦੋ ਵੀਡੀਓ ਦੇਖਦੇ ਹੁਣ ਇਹ ਅੱਗੇ ਜਾ ਕੇ ਪਤਾ ਲੱਗੂਗਾ। ਅਤੇ ਨਿਰਮਲ ਸਿੰਘ ਚਲੋ ਜੀ, ਚੱਲੀਏ ਜੀ। ਹਾਂ ਜੀ ਹਾਂ, ਦੇਖ ਲੈ ਅੱਜ ਗੱਡੀ ਤੂੰ ਚਲਾਉਣੀ ਆ ਨਾ ਭਾਈ, ਪਰਮਿਸ਼ਨ ਹੈ ਫਿਰ ਦੋੜ ਲੱਗ ਗਿਆ ਪਹਿਲੀ। ਹਾਂ ਉਹ ਅੱਜ ਕੰਮ ਕਰਦੇ ਆ, ਜਾਣਾ ਤਾਂ ਆਪਣੇ ਦੂਰ ਆ। ਇੱਕ ਬੰਦੇ ਨੇ ਮੈਨੂੰ ਕਿਹਾ ਸੀ, ਕਹਿੰਦੇ ਵੀ ਜਦੋਂ ਨਾ ਕਿਤੇ ਲੰਬੇ ਸਫ਼ਰ ਪਰ ਜਾਣਾ ਹੋਵੇ, ਵੀ ਜਿਹੜੇ ਬੰਦੇ ਦਾ ਕੋਈ ਸਿਰ ਭਾਰਾ ਭਾਰਾ ਜਿਹਾ ਹੋਣ ਲੱਗ ਜਾਵੇ ਜਾਂ ਉਲਟੀਆਂ ਲੱਗ ਜਾਵੇ, ਉਹਦੇ ਥੱਲੇ ਅਖਬਾਰ ਰੱਖ ਦਿਓ। ਚੱਲ ਅੱਜ ਦੇਖਦੇ ਵਰਤ ਕੇ, ਅੱਜ ਅਸੀਂ ਵਰਤ ਕੇ ਦੇਖਦੇ ਹਾਂ। ਨਿੰਮੇ ਤੇਰੇ ਥੱਲੇ ਅੱਜ ਅਖਬਾਰ ਰੱਖਦੇ ਹਾਂ, ਠੀਕ ਹੈ। ਵੀ ਜੇ ਤੁਹਾਨੂੰ ਠੀਕ ਰਿਹਾ ਫਿਰ ਤਾਂ ਇਹ ਸਕੀਮ ਕਾਮਯਾਬ ਹੋ ਜੂਗੀ, ਜੇ ਸਕੀਮ ਫੇਲ ਹੋ ਗਈ ਬਾਈ ਫਿਰ ਨਾ ਵਰਤਿਓ। ਚਲੋ ਹੁਣ ਸਭ ਤੋਂ ਪਹਿਲਾਂ ਇੱਕ ਅਖਬਾਰ ਲਿਆਓ ਅਤੇ ਉਹਦਾ ਨਿੰਮੇ ਦੇ ਫਿਰ ਸੀਟ ਦੇ ਥੱਲੇ ਰੱਖਦੇ ਹਾਂ ਅਤੇ ਨਿੰਮੇ ਨੂੰ ਉੱਪਰ ਬਿਠਾ ਲਦੇ ਫਿਰ, ਠੀਕ ਹੈ। ਹਾਂ ਨਿੰਮੇ ਦੀ ਪੱਗ ਸੋਹਣੀ ਤਾਂ ਇਹ ਮੰਨੀ ਆ। ਹਾਂ ਇਹ ਟੋਰ ਹੈ ਵੈਸੇ, ਅੱਜ ਫਰਕ ਹੈ, ਬਦਲ ਗਿਆ, ਬਦਲਿਆ ਬਦਲਿਆ ਜਿਹਾ ਲੱਗਦਾ, ਬਦਲਿਆ ਬਦਲਿਆ ਲੱਗਦਾ ਤੂੰ। ਚੱਲੀਏ ਫਿਰ, ਦੇਖੋ ਜੀ ਆਹ ਰੱਖਤਾ ਨਿੰਮੇ ਥੱਲੇ ਅਖਬਾਰ, ਇਹ ਐਂ ਕਰਕੇ ਸਰ ਬੈਠੋ, ਰੱਖ ਰਹੇ ਰੱਖ ਰਹੇ, ਠੀਕ ਹੈ ਨਿੰਮੇ। ਚਲੋ ਸਰ ਤੁਸੀਂ ਬੈਠੋ। ਲਓ ਜੀ ਹੁਣ ਅਸੀਂ ਗੱਡੀ ਦੇ ਵਿੱਚ ਬੈਠ ਗਏ ਅਤੇ ਨਿੰਮੇ ਦੇ ਥੱਲੇ ਅਖਬਾਰ ਰੱਖਤਾ। ਇਹ ਨਾ ਮੈਨੂੰ ਕਿਸੇ ਨੂੰ ਬਾਹਰੋਂ ਫੋਨ ਕੀਤਾ ਸੀ ਵੀ ਜਦੋਂ ਕਿਤੇ ਲੰਬੇ ਸਫ਼ਰ ਪਰ ਜਾਂਦੇ ਹਾਂ ਤਾਂ ਇੱਦਾਂ ਥੱਲੇ ਅਖਬਾਰ ਰੱਖ ਲਿਆ ਕਰੋ, ਵੀ ਬੰਦੇ ਨੂੰ ਕਿਸੇ ਨਾਲ ਸਿਰ ਭਾਰੀ ਹੋ ਜਾਂਦਾ ਜਾਂ ਦਿਲ ਕੱਚਾ ਕੱਚਾ ਜਾਂ ਉਹਦੇ ਨਾਲ ਨਹੀਂ ਹੁੰਦਾ ਹੈਗਾ। ਅੱਜ ਅਸੀਂ ਇਹ ਸਕੀਮ ਵਰਤ ਕੇ ਦੇਖਣ ਲੱਗੇ ਹਾਂ, ਦੇਖਦੇ ਹਾਂ। ਅਤੇ ਨਿੰਮੇ ਜੇ ਤਾਂ ਅੱਜ ਟਾਈਮ ਪੁੱਛਣਾ ਹੋਇਆ ਤਾਂ ਮੈਨੂੰ ਪੁੱਛਣਾ, ਜੇ ਮੈਂ ਘੜੀ ਲਾਈ ਹੋਈ ਹੈ, ਠੀਕ ਹੈ ਜੀ। ਅੱਜ ਦੇ ਲਾ ਘੜੀ ਲਾ ਕੇ ਚੱਲਿਆ ਅੱਜ ਮੈਂ, ਤਾਂ ਜਦ ਵੀ ਤੁਹਾਨੂੰ ਕੋਈ ਟਾਈਮ ਦੀ ਲੋੜ ਹੋਈ ਹੈ ਕਿੰਨੇ ਵੱਜ ਗਏ ਤਾਂ ਮੈਨੂੰ ਪੁੱਛਣਾ, ਠੀਕ ਹੈ। ਜੇ ਤਾਂ ਮੈਂ ਤੁਹਾਨੂੰ ਟਾਈਮ ਦੱਸੂ ਉਸੀ ਟਾਈਮ, ਠੀਕ ਹੈ। ਅਮਰੇ ਅੱਜ ਅਮਨ ਵੀ ਚੱਲਿਆ, ਅਮਨ ਵੀ ਟੌਰ ਆ ਵੈਸੇ ਅੱਜ। ਅਮਨ ਤਾਂ ਸਟਾਈਲ ਹਾ ਕਿਹੜਾ ਰੱਖਿਆ, ਕਿਹੜੇ ਇਹ ਨਾ ਕਿਹੜਾ ਹੋਇਆ ਐਕਟਰ ਆ ਯਾਰ, ਉਹਦੇ ਵਰਗਾ ਲੱਗਦਾ ਅੱਜ ਤੂੰ ਯਾਰ। ਹੁਣ ਮੈਂ ਨਾਂ ਨਹੀਂ ਮੇਰੇ ਯਾਦ ਹੈ ਕਿਹੜਾ ਐਕਟਰ ਆ ਯਾਰ ਉਹ। ਚਲੋ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਅਮਨਾ ਕਿਹੜੇ ਐਕਟਰ ਵਰਗਾ ਲੱਗਦਾ, ਇੱਧਰ ਲਿਖਾ ਹੁਣ। ਹਾਂ ਮੈਨੂੰ ਕਮੈਂਟ ਕਰਿਓ ਵੀਡੀਓ ਦੇ ਉੱਪਰ, ਜ਼ਰੂਰ ਕਮੈਂਟ ਕਰਿਓ। ਨਿਰਮਲ ਸਿੰਘ ਹਾਂਜੀ, ਚੱਲੀਏ ਫਿਰ। ਚਲੋ ਜੀ, ਚਲੋ ਫਿਰ ਪਹਿਲਾਂ ਗੇਅਰ ਪਾਇਆ, ਬੈਲਟ ਲਾਓ। ਬੈਲਟ ਨਹੀਂ ਲਾਉਣੀ ਜੀ ਹੁਣ, ਹਾਂ ਬੈਲਟ ਤਾਂ ਲਾਈ ਹੋਈ ਆ, ਬੈਲਟ ਲਾਈ ਹੋਈ ਆ। ਲੋ ਰੱਬ ਦਾ ਨਾਂ ਤੇ ਗੱਡੀ ਤੋਰੀਏ, ਮਹਾਰਾਜ ਸੱਚਾ ਪਾਤਸ਼ਾਹ ਸੁੱਖ ਰੱਖੀ, ਸੁੱਖ ਰੱਖੀ, ਮਿਹਰ ਭਰਿਆ ਹੱਥ ਰੱਖੀ, ਵਾਹਿਗੁਰੂ ਵਾਹਿਗੁਰੂ, ਸਤਨਾਮ ਸੱਚਾ ਪਾਤਸ਼ਾਹ ਵਾਹਿਗੁਰੂ। ਲਓ ਜੀ ਹੁਣ ਅਸੀਂ ਸਿਰੇ ਪਹੁੰਚ ਗਏ ਹਾਂ, ਨਿੰਮੇ ਬਾਈ ਬੈਲਟ ਖੋਲਦੇ ਹੁਣ, ਖੋਲਣ ਲੱਗਿਆ ਜੀ। ਖੋਲੋ ਖੋਲੋ ਬਾਈ, ਮੈਂ ਵੀ ਖੋਲਦਾ ਬੈਲਟ। ਮੈਨੂੰ ਹੁਣ ਤੂੰ ਐਂ ਦੱਸ ਵੀ ਜਿਹੜਾ ਤੇਰੇ ਥੱਲੇ ਅਖਬਾਰ ਰੱਖਿਆ ਤਾਂ ਇਹਦਾ ਕੋਈ ਫਰਕ ਪਿਆ ਕੁਛ? ਬਾਈ ਬਹੁਤ ਫਰਕ ਪਿਆ ਰਿਹਾ, ਹਾਂ ਬਹੁਤ ਵਧੀਆ ਸਫ਼ਰ ਨਿਕਲਿਆ, ਵਧੀਆ ਸਫ਼ਰ, ਅੱਧੀ ਘੜੀ ਤਾਂ ਨਿਕਲਿਆ। ਹਾਂ ਹੁਣ ਜਦ ਗਾਹਾਂ ਜਾਊਂਗੇ ਫੇਰ ਦੇਖਦੇ ਕਿਆ ਬਣਦਾ ਕਿਆ ਨਹੀਂ, ਕਿਆ ਬਣਦਾ ਕਿਆ ਨਹੀਂ ਬਣਦਾ। ਵੈਸੇ ਮੈਨੂੰ ਜਿਹੜੇ ਬੰਦੇ ਨੇ ਕਿਹਾ ਤਾਂ ਵੀ ਇਹ ਸਕੀਮ ਕਾਮਯਾਬ ਹੁੰਦੀ ਲੱਗਦੀ ਮੈਨੂੰ, ਹੋ ਜੂਗੀ ਮੈਨੂੰ ਫਾਇਦਾ, ਹੋ ਜੂਗੀ ਜਦ ਆਪਾਂ ਉੱਥੇ ਤੇ ਇੱਥੇ ਤੱਕਰ ਆ ਗਏ। ਨਾ ਹੋ ਜਾਣੀ ਜੇ ਹੁਣ ਰੋਪੜ ਜਾਂਦੇ, ਜਦੇ ਘਬਰਾਹਟ ਹੋਣ ਲੱਗ ਜਾਂਦੀ ਰੋਪੜ ਤੱਕਰ। ਅੱਛਾ ਰੋਪੜ ਤੱਕਰ ਹੋਣ ਲੱਗ ਜਾਂਦਾ, ਹੁਣ ਤਾਂ ਠੀਕ ਹੀ ਰਿਹਾ ਹਾਲੇ, ਪੂਰਾ ਪ੍ਰੋਸੈਸ ਇਹਦੇ ਪਰ ਚੱਲ ਰਿਹਾ। ਜੇ ਪੂਰੀ ਕਾਮਯਾਬੀ ਤਾਂ ਅਸੀਂ ਪੱਕੀ ਮੋਹਰ ਲਾ ਦਾਂਗੇ ਇਹਦੇ ਪਰ, ਕਾਰਡ ਕੱਢਤੀ ਹੁਣ, ਇਹ ਕਾਰਡ ਕੱਢਤੀ ਤਾਂ ਪੂਰੀ ਪੱਕੀ ਮੋਹਰ ਲਾ ਦਾਂਗੇ ਫਿਰ ਇਹਦੇ ਪਰ। ਮੈਂ ਆਪਣਾ ਬਲੇਜ਼ਰ ਖੋਲ ਕੇ ਪਿੱਛੇ ਰੱਖਤਾ ਸੀ, ਉਹਨਾਂ ਜਦ ਬੈਠਦੇ ਨੇ, ਮੈਂ ਗੱਡੀ ਟਾਇਰ ਟਾਇਰ 'ਚ ਬੈਠਾ ਤਾ ਮੈਂ ਖੋਲ ਕੇ ਪਿੱਛੇ ਰੱਖਤਾ ਸੀ, ਅਤੇ ਰਸਤੇ 'ਚ ਅੱਜ ਵੀ ਵਿਆਹ ਬਹੁਤ ਆ, ਮੈਂ ਤਾਂ ਕਹਿੰਦਾ ਇੰਨੀ ਕੁ ਟ੍ਰੈਫਿਕ ਜਾਮ ਹੋਈ, ਮੈਂ ਕਹਿੰਦਾ ਵੀ ਜਦ ਅਸੀਂ ਹੋਰ ਅੱਧਾ ਘੰਟਾ ਇੱਥੇ ਪਹਿਲਾਂ ਪਹੁੰਚ ਜਾਣਾ ਪੈਲਸ ਦੇ ਵਿੱਚ, ਇੱਕ ਇੱਕ ਮਿੰਟ ਕਰਦਾ ਬਾਈ ਨਾ, ਉਹ ਇੱਕ ਮਿੰਟ ਖੜ ਜਾ ਬਾਈ, ਇੱਕ ਮਿੰਟ ਖੜ ਜਾ। ਫਿਰ ਮੈਂ ਕਿਹਾ ਯਾਰ ਤੂੰ ਇੱਕ ਇੱਕ ਮਿੰਟ ਕਰਕੇ ਸਾਨੂੰ ਇੰਨਾ ਲੇਟ ਕਰਾ, ਤਾ ਉਹਨੂੰ ਬੰਦੇ ਨੂੰ ਕਿਹਾ ਮੈਂ, ਬਹੁਤ ਲੰਬੀ ਲਾਈਨ ਤੇ, ਬਹੁਤ ਲੰਬੀ ਲਾਈਨ ਤੇ। ਤੇ ਨਿੰਮੇ ਹਾਂਜੀ ਹੁਣ ਤੈਨੂੰ ਲੱਗੀ ਹੋਣੀ ਭੁੱਖ? ਹਾਂਜੀ ਹਾਂ, ਚੱਲੀਏ ਅਸੀਂ, ਬਿਮਾਰ ਨਹੀਂ ਨਾ ਹੋਣਾ, ਤੂੰ ਪਲੇਟ ਭਰ ਕੇ ਖਾ ਲਈ। ਹਾਂ ਸਾਡੇ ਵੱਲ ਦੇਖ, ਤੂੰ ਮੈਂ ਕਹਿੰਦਾ ਤੇਰਾ ਪਹਿਲਾ ਵਿਆਹ ਜਾਂ ਦੂਜਾ ਵਿਆਹ ਹੋਣਾ ਤੇਰਾ, ਇਹ ਅਸੀਂ ਤਾਂ ਘੱਟੋ ਘੱਟ 8-9 ਵਿਆਹ ਦੇਖ ਲਏ। ਏਦਾਂ ਹੀ ਨਾ ਮੈਂ ਨਾ ਏਦਾਂ ਹੀ ਵੀਡੀਓ ਸ਼ੂਟ ਕਰਾਂ ਮੈਂ, ਇੱਕ ਮੁੰਡੇ ਨੇ ਪਲੇਟ ਭਰੀ ਉਹਦੀ ਪਕੌੜੇ ਦੀ, ਮੈਂ ਕਿਹਾ ਇੰਨੇ ਪਕੌੜੇ ਖਾਊਂਗਾ? ਕਹਿੰਦਾ ਬਾਈ ਤੂੰ ਤਾਂ ਹਰ ਰੋਜ਼ ਵਿਆਹ ਦੇਖਦਾ ਫਿਰਦਾ, ਕਹਿੰਦਾ ਮੇਰੇ ਤਾਂ ਪਹਿਲਾ ਵਿਆਹ ਖਾ ਲੈਣ ਦੇ, ਕਹਿੰਦਾ ਵੀਡੀਓ ਬੰਦ ਕਰ ਦੇ, ਕਹਿੰਦਾ ਕਹਿੰਦਾ ਮੇਰੇ ਤਾਂ ਬਾਈ ਇੱਕੜਾ ਹੋ ਜਾਂਦਾ, ਅਮਰੇ ਹੋ ਗਏ ਪੂਰਾ ਰੱਜ ਕੇ ਖਾ ਲਈ ਪਕੌੜੇ, ਇੱਥੇ ਖਾ ਲਈ
ਜੇ ਅਸੀਂ ਘੱਟ ਖਾਦੇ ਕਿਤੇ ਅਗਰ ਸਾਡੇ ਉਹਦੇ ਉਹ ਨਾ ਵੀ ਕਈ ਵਾਰ ਬੰਦੇ ਨਾ ਇਹੋ ਜਿਹਾ ਬੰਦਾ ਕੋਈ ਬੰਦਾ ਨਾਲ ਰਲ ਜਾਂਦਾ ਜਿੱਦਾਂ ਹੁਣ ਅਸੀਂ ਨਾਲ ਇਧਰ ਰਲ ਜਾਣਾ ਵੀ ਕਿਤੇ ਸਾਡੇ ਉਹਦੇ ਚੱਕਰਾਂ ਵਿੱਚ ਇਹਨੇ ਕਹਿਣਾ ਵੀ ਖਾਈ ਜਾਊਗੇ ਚੱਲ ਹਾਂ ਆਪਣੇ ਬਾਈ ਪੂਰੇ ਖਾ ਲੈ ਮੈਂ ਤੇਰੀ ਵੀਡੀਓ ਨਹੀਂ ਬਣਾਊਂਗਾ ਕੋਈ ਚੱਕਰ ਭੁੱਖਾ ਨਾ ਬਹਿ ਜੀ ਹਾਂ ਚਲੋ ਫਿਰ ਉਤਰੀ ਫਿਰ ਮੇਰਾ ਚਲੋ ਸਾਹਮਣੇ ਮੇਰਾ ਬੱਬੀ ਬਾਈ ਮਿਲਿਆ ਇਟਲੀ ਤੋਂ ਤੇ ਵਿਆਹ ਦੇ ਵਿੱਚ ਆਇਆ ਹੋਇਆ ਤੇ ਨਿੰਮੇ ਦੇ ਨਾਲ ਬਾਈ ਪੜ੍ਹਦਾ ਹੁੰਦਾ ਨਿੰਮੇ ਨਾਲ ਪੜ੍ਹਿਆ ਹੋਇਆ ਬਾਈ ਤੇ ਇੱਧਰ ਇਹਨਾਂ ਦੀ ਫੈਮਿਲੀ ਖੜੀ ਆ ਭਾਬੀ ਖੜੀ ਆ ਬੱਚੇ ਖੜੇ ਆ ਉੱਧਰ ਦੇਖੋ ਕਿ ਇਟਲੀ ਵਾਲਿਆ ਸਤਿ ਸ਼੍ਰੀ ਅਕਾਲ ਜੀ ਹਾਂ ਤੇ ਚੱਲੀਏ ਬਾਈ ਹੁਣ ਫਿਰ ਬਾਈ ਭੁੱਖ ਲੱਗੀ ਮੈਨੂੰ ਵੀ ਤੇ ਨਿੰਮੇ ਨੀ ਭੁੱਖ ਲੱਗੀ ਹੋਈ ਆ ਲਓ ਜੀ ਨਿੰਮੇ ਦੇ ਕੁਝ ਵੀਡੀਓ ਦੇਖਣ ਵਾਲੇ ਮਿਲੇ ਆ ਜੀ ਕਿੱਥੋਂ ਭਾਅ ਜੀ ਡੁਬਈ ਤੋਂ ਤੁਸੀਂ ਆਏ ਹਾਂਜੀ ਕਿੱਦਾਂ ਨਵੇਂ ਵਧੀਆ ਲੱਗਦਾ ਵੀਡੀਓ ਦੇ ਵਿੱਚ ਬਹੁਤ ਵਧੀਆ ਲੱਗਦਾ ਨਿੰਮਾ ਵੀ ਬਹੁਤ ਖੁਸ਼ ਆ ਜੀ ਤੁਸੀਂ ਬਹੁਤ ਵਧੀਆ ਲੱਗਦੇ ਨਾ ਅਸੀਂ ਤਾਂ ਵੈਸੇ ਹੀ ਮੈਂ ਤਾਂ ਵੀਡੀਓ ਬਣਾਉਣ ਵਾਲਾ ਹੈ ਜੀ ਮੈਂ ਤਾਂ ਨਿੰਮੇ ਦੀ ਵੀਡੀਓ ਬਣਾ ਕੇ ਮੈਂ ਹਾਂਜੀ ਹਾਂਜੀ ਅੱਛਾ ਸ਼ੁਕਰੀਆ ਹਾਂਜੀ ਹਾਂਜੀ ਬੈਠ ਭਾਈ ਕਢਾ ਦੇ ਜੀ ਗੇੜਾ ਦਾ ਅੱਛਾ ਠੀਕ ਆ ਜੀ ਨੈਟ ਭਾਈ ਤਾਂ ਮਾਰੂਗਾ ਜੀ ਗੇੜਾ ਖਾ ਹੁਣ ਬੱਬੀ ਬਾਈ ਖੜਾ ਵੈਸੇ ਬਾਈ ਉਹਨਾਂ ਹੁਣ ਇੰਗਲੈਂਡ ਚਲੀ ਗਿਆ ਬਾਈ ਇੰਗਲੈਂਡ ਵਧੀਆ ਇਟਲੀ ਵਧੀਆ ਬਾਈ ਦੋਵੇਂ ਵਧੀਆ ਦੋਨੇ ਵਧੀਆ ਇੱਧਰ ਮੁੰਡਾ ਖੜਾ ਕਿਹੜਾ ਪਿੰਡ ਪੁੱਗਾ ਤੇਰਾ ਕਲਾਰਾ ਪਿੰਡ ਤੋਂ ਇਹ ਵੀ ਮੁੰਡਾ ਬਹੁਤ ਵੀਡੀਓ ਦੇਖਦਾ ਆਹ ਮੁੰਡਾ ਤੁਸੀਂ ਜਾਣਦੇ ਹੋਣੇ ਇਹਦਾ ਵਿਆਹ ਹੱਦ ਤੱਕ ਪਹਿਲਾਂ ਉਹ ਕਿੰਨੇ 10 ਦਿਨ ਹੋ ਗਏ 20 ਦਿਨ ਹੋ ਗਏ 20 ਦਿਨ ਹੋ ਗਏ ਵਿਆਹ ਹੋ ਜਾਣ ਕਿੱਦਾਂ ਹੁਣ ਤੈਨੂੰ ਕਿੱਦਾਂ ਲੱਗ ਰਿਹਾ ਵਿਆਹ ਕਰਾ ਕੇ ਠੀਕ ਹੈ ਇੱਥੇ ਮਾਰ ਤੂੰ ਤੇਰੇ ਵੱਡੇ ਭਰਾ ਦਾ ਵਿਆਹ ਹੋਇਆ ਤੈਨੂੰ ਵਧੀਆ ਲੱਗਿਆ ਚਾਰ ਮਹਿਲ ਵੀਡੀਓ ਪਾਉ ਸੁਣੀ ਆ ਅੱਛਾ ਵਧੀਆ ਬਾਈ ਮੈਨੂੰ ਰੱਖਦਾ ਦੇਖ ਕੇ ਵਧੀਆ ਬਾਈ ਵਧੀਆ ਤੇ ਨਿੰਮਾ ਬਾਈ ਇੱਧਰ ਨਿੰਮਾ ਖੜਾ ਬਾਈ ਹਾਂ
ਚਲੋ ਬਾਈ ਅੱਜ ਵੀ ਇਸ ਵਿਆਹ ਦੇ ਵਿੱਚ ਬਹੁਤ ਲੋਕਾਂ ਦਾ ਪਿਆਰ ਮਿਲਿਆ ਤੇ ਬੜੇ ਬੰਦੇ ਆ ਕੇ ਮਿਲਦੇ ਆ ਨਿੰਮੇ ਹਾਂਜੀ ਬਹੁਤ ਮਿਲੇ ਬਾਈ ਤੇ ਮੈਨੂੰ ਬਾਈ ਤੇਰੇ ਬਾਰੇ ਬੰਦੇ ਨੇ ਬਹੁਤ ਵਧੀਆ ਬੋਲਿਆ ਦੱਸ ਦਵਾਂ ਜਿਹੜਾ ਬੰਦੇ ਬੋਲੇ ਆ ਦੱਸ ਦੇ ਬਾਈ ਦੱਸਣੀ ਚਾਹੀਦੀ ਆ ਦੱਸਣੀ ਚਾਹੀਦੀ ਆ ਇੱਕ ਬੰਦਾ ਆਇਆ ਮੇਰੇ ਕੋਲ ਨੂੰ ਕਹਿੰਦਾ ਜਿੱਦਾਂ ਨਾ ਪੁਰਾਣੀ ਫਿਲਮਾਂ ਦੇ ਵਿੱਚ ਮੇਲ ਮਿੱਤਰ ਵਗੈਰ ਫਿਲਮ ਅਧੂਰੀ ਹੁੰਦੀ ਸੀ ਓਦਾਂ ਹੀ ਬਾਈ ਤੇਰੀ ਵੀਡੀਓ ਦੇ ਵਿੱਚ ਜਦ ਤੱਕ ਕਹਿੰਦੇ ਨਿੰਮਾ ਨੀ ਆਉਂਦਾ ਹੈਗਾ ਜਦ ਤੱਕ ਤੇਰੀ ਵੀਡੀਓ ਪੂਰੀ ਨੀ ਚੜ੍ਹਦੀ ਹੈਗੀ ਮੈਂ ਕਿਹਾ ਚੱਲ ਮੈਂ ਵੀ ਕੋਸ਼ਿਸ਼ ਇਹੀ ਕਰਦਾ ਮੇਰੀ ਹਰੇਕ ਵੀਡੀਓ ਦੇ ਵਿੱਚ ਨਿੰਮਾ ਆਵੇ ਤੇ ਵੀਡੀਓ ਨੂੰ ਸਿਰੇ ਚੜਾਵੇ ਤੇਰਾ ਹੁਣ ਮੇਲ ਮਿੱਤਰ ਵਾਲਾ ਤੜਕਾ ਪੈਂਦਾ ਵੀਡੀਓ ਦੇ ਵਿੱਚ ਠੀਕ ਹੈ ਤੇ ਜਿਹੜਾ ਪਿੱਛੇ ਬੈਠਾ ਉਹ ਇਹ ਹੀਰੋ ਇਹ ਕਿਹੜਾ ਕਿਆ ਕਹਿੰਦੇ ਹੁੰਦੇ ਆਪਾਂ ਤਾਂ ਵੀਰੇ ਵੀਡੀਓ ਬਣਾਉਣੇ ਵਾਲੇ ਆ ਯਾਰ ਠੀਕ ਹੈ ਗੱਲਾਂ ਬਾਤਾਂ ਮਾਰਨੇ ਵਾਲੇ ਪਿੱਛੇ ਆ ਹੀਰੋ ਆ ਗਿਆ ਇੱਧਰ ਕਮੇਡੀਅਨ ਕਿੰਗ ਨਿੰਮਾ ਤੇ ਹੁਣ ਵੀਡੀਓ ਆਪਾਂ ਬੰਦ ਕਰਦੇ ਹਾਂ ਤੇ ਇਹ ਵੀਡੀਓ ਵੀਰੇ ਹੁਣ ਅਸੀਂ ਇਹਦੇ ਨਾਲ ਦੂਜੀ ਵੀਡੀਓ ਪਾਵਾਂ ਜਿਹੜੇ ਦੂਜੇ ਚੱਲੇ ਆ ਸਪੇਨ ਤੋਂ ਬੁਲਾਇਆ ਵੀ ਫੈਮਿਲੀ ਵੀਰੇ ਨੇ ਬਹੁਤ ਫੋਨ ਕੀਤੇ ਸੀ ਕਹਿੰਦੇ ਵੀਰੇ ਜ਼ਰੂਰ ਆ ਕੇ ਜਾਇਓ ਹੁਣ ਤਾਂ ਵੈਸੇ ਟਾਈਮ ਪੂਰਾ ਪੂਰਾ ਹੀ ਆ ਕਾਂਡਾ ਖੰਡ ਲਾ ਕੇ ਫਿਰ ਅਸੀਂ ਘਰ ਨੂੰ ਵੀ ਜਾਣਾ ਮਿਲ ਕੇ ਬਸ ਉਹਨਾਂ ਨੂੰ ਅਸੀਂ ਲੰਘ ਜਾਣਾ ਬੜਾ ਬਾਈ ਬੱਬੀ ਬਾਈ ਸੀ ਇਟਲੀ ਤੋਂ ਆਇਆ ਹੋਇਆ ਸੀ ਬਾਈ ਨੇ ਬੜਾ ਪਿਆਰ ਦਿੱਤਾ ਭੰਗੜੇ ਦੀ ਵੀਡੀਓ ਬਣਾਈ ਉਹਨਾਂ ਦੀ ਸਾਰੇ ਦੇ ਭੰਗੜਾ ਬਾਈ ਨੇ ਬਹੁਤ ਵਧੀਆ ਪਾਇਆ ਤੇ ਇਹਨੇ ਮੇਰੇ ਖਿਆਲ 'ਚ ਹੁਣ ਚਲੀ ਜਾਣਾ ਫਿਰ ਹਫ਼ਤੇ ਤੱਕ ਫਿਰ ਵਾਪਸ ਚਲੀ ਜਾਣਾ ਫਿਰ ਕਹਿੰਦਾ ਫਿਰ ਆਊਂਗਾ 15 ਦਿਨ ਹੁਣ ਮੇਰੇ ਪ੍ਰੋਪਰਟੀ ਡੀਲਰ ਦਾ ਕੰਮ ਕਰਦੇ ਮੇਰੇ ਖਿਆਲ 'ਚ ਇੱਥੇ ਤੇ ਇੱਕ ਦਿਨ ਜਾ ਕੇ ਇੱਥੇ ਚੰਡੀਗੜ੍ਹ ਵੀਡੀਓ ਬਣਾ ਕੇ ਲਾਊਂਗਾ ਇਹਦੇ ਨਾਲ ਜੀ ਮੈਂ ਬੜਾ ਚੰਗਾ ਬੰਦਾ ਯਾਰ ਮੇਰਾ ਉੱਥੇ ਇਟਲੀ 'ਚ ਬੜਾ ਸਾਥ ਦਿੱਤਾ ਇਹਨੇ ਮੈਂ ਇਟਲੀ ਕੋਲ ਰਿਹਾ ਇਹਦੇ ਕੋਲ 5-6 ਮਹੀਨੇ ਰਿਹਾ ਮੇਰੇ ਕੋਲ ਇਟਲੀ ਤੇ ਕਰਦੇ ਫਿਰ ਬੰਦੇ ਯਾਰ ਹਾਂਜੀ ਹਾਂ ਚਲੋ ਮੇਰੀ ਅੱਜ ਦੀ ਵੀਡੀਓ ਇੱਥੇ ਤੱਕ ਸੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ ਮਿਲਦੇ ਆ ਫਿਰ ਅਗਲੇ ਵਿਆਹ ਦੇ ਵਿੱਚ